ਜ਼ਰੀਏ ਤੋਂ ਯਾਦ ਦਾ ਇਸਤੇਮਾਲ ਕਰਦੇ ਆ ਰਹੇ ਹਾਂ ਔਰ ਇਹ ਜ਼ਿੰਮੇਦਾਰ ਦੀ ਜ਼ਰੂਰਤ ਹੈ ਬਲਕਿ ਸਾਡੇ ਨਿਜ਼ਾਮ ਸਿਸਟਮ ਦਾ ਤਕਾਜ਼ਾ ਹੈ ਕਿ ਜ਼ਿਆਦਾ ਤੋਂ ਜ਼ਿਆਦਾ ਪੈਦਾਵਾਰ ਪਾਪੂਲੇਸ਼ਨ ਨੂੰ ਫੀਡ ਕਰਨ ਵਾਸਤੇ ਜ਼ਿਆਦਾ ਤੋਂ ਜ਼ਿਆਦਾ ਪੈਦਾਵਾਰ ਆ ਖੁਰਾਕ ਹੈ ਨਾ ਜੀ। ਹਾਂਜੀ ਜਦੋਂ ਵੀ ਸਾਡਾ ਫੋਕਸ ਕੁਆਂਟਿਟੀ ਤੇ ਹੋ ਜਾਂਦਾ ਹੈ ਜਦੋਂ ਅਸੀਂ ਕੁਆਂਟਿਟੀ ਬਹੁਤ ਜ਼ਿਆਦਾ ਪੈਦਾ ਕਰਨਾ ਚਾਹੁੰਦੇ ਹਾਂ ਤੇ ਕੁਆਲਿਟੀ ਨੂੰ ਭੁੱਲ ਜਾਂਦੇ ਹਾਂ, ਕੁਆਲਿਟੀ ਹੈ ਜਿਹੜੀ ਉਹਦੇ ਉਹ ਕਿਸੇ ਹੱਦ ਤੱਕ ਉਸ ਉਹਨੂੰ ਭੁੱਲ ਜਾਂਦੇ ਹਾਂ ਕਿ ਕੁਆਲਿਟੀ ਨੂੰ ਵੀ ਅਸੀਂ ਕੰਟਰੋਲ ਕਰਨਾ ਜ਼ਰੂਰੀ ਹੈ। ਇੱਕ ਸਟਾਰਵੇਸ਼ਨ ਭੁੱਖ ਦੀ ਸੂਰਤ ਜਿਹੜੀ ਨਾਕਸ ਗਜ਼ਾ ਹੈ ਉਹ ਵੀ ਔਰ ਜ਼ਿਆਦਾ ਮਕਦਾਰ ਚ ਪੈਦਾਵਾਰ ਲੈਣ ਵਾਸਤੇ ਜਿਹੜੇ ਜ਼ਹਿਰਾਂ ਦਾ ਇਸਤੇਮਾਲ ਹੈ ਪੈਸਟੀਸਾਈਡ ਦਾ ਇਸਤੇਮਾਲ ਇਹ ਦਿਨ ਬ ਦਿਨ ਵਾਧਾ ਲਗਾ ਹੋਇਆ ਹੈ। ਹੁਣ ਇਹ ਪੋਜੀਸ਼ਨ ਹੈ ਕਿ ਬਹੁਤ ਸਾਰੀਆਂ ਐਸੀਆਂ ਅਦਵਿਆਤ ਜਿਨ੍ਹਾਂ ਦੇ ਇਨਸਾਨੀ ਸਿਹਤ ਉੱਤੇ ਮਨਫੀ ਅਸਰਾਤ ਨੇ ਉਹਨਾਂ ਦੇ ਮੁਤਾਲਿਆ ਵਾਸਤੇ ਹਕੂਮਤ ਪੰਜਾਬ ਨੇ ਇਸ ਚੀਜ਼ ਨੂੰ ਮਹਿਸੂਸ ਕਰਦਿਆਂ ਹੋਇਆ ਕਿ ਇਹਦਾ ਮੁਤਾਲਿਆ ਹੋਣਾ ਚਾਹੀਦਾ ਹੈ ਕਿ ਇਹ ਜਿਹੜੀਆਂ ਜ਼ਰੀਏ ਅਦਵਿਆਤ ਨੇ ਇਹ ਕਿਸ ਤਰ੍ਹਾਂ ਇਨਸਾਨੀ ਸਿਹਤ ਉੱਤੇ ਇੰਨੇ ਮਨਫੀ ਅਸਰਾਤ ਪੈਦਾ ਕਰਦੀਆਂ ਨੇ ਇਹਨਾਂ ਦਾ ਕਿਸ ਤਰ੍ਹਾਂ ਸਟੱਡੀ ਕੀਤਾ ਜਾ ਸਕਦਾ ਹੈ ਉਹਦੇ ਵਾਸਤੇ ਇੱਕ ਪੈਸਟੀਸਾਈਡ ਰੈਜ਼ੀਡਿਊ ਯਾਨੀ ਜ਼ਰਈ ਬਾਕੀਆਤ ਨੇ ਜਿਹੜੀਆਂ ਜ਼ਰਈ ਅਦਵਿਆਤ ਦੀਆਂ ਬਾਕੀਆਤ ਨੇ ਉਹਨਾਂ ਦੇ ਮੁਤਾਲੇ ਵਾਸਤੇ ਇੱਕ ਲੈਬਾਰਟਰੀ ਕਾਲਾ ਸ਼ਿਕਾਕੂ ਕਾਇਮ ਕੀਤੀ ਗਈ। ਵੈਰੀ ਗੁੱਡ। ਇਹ 5 ਸਾਲ ਦਾ ਪ੍ਰੋਜੈਕਟ ਸੀ। ਅੱਛਾ। 2004 ਤੋਂ ਲੈ ਕੇ 2009 ਦੇ ਵਿੱਚ ਮੁਕੰਮਲ ਹੋ ਗਿਆ ਹੈ ਔਰ ਹੁਣ ਅਲਹਮਦੁਲਿਲਾ ਡਿਊਰਿੰਗ ਜਿਹੜਾ ਪੀਰੀਅਡ ਸੀ ਜਿਸ ਤਰ੍ਹਾਂ ਇਹ ਪ੍ਰੋਜੈਕਟ ਹੋਇਆ ਬਹੁਤ ਸਾਰੇ ਐਨਾਲਿਸਿਸ ਪੈਸਟੀਸਾਈਡ ਤੇ ਕੀਤੇ ਗਏ ਫਰੂਟ ਮੰਡੀ ਤੋਂ ਲਾਹੌਰ ਦੀ ਫਰੂਟ ਮੰਡੀ ਮਰੀਦ ਕੇ ਜਿਹੜੀਆਂ ਕਰੀਬ ਸਨ ਸਾਡੇ ਸਲੈਬ ਦੇ ਉਹਨਾਂ ਤੋਂ ਰੈਂਡਮ ਸੈਂਪਲਿੰਗ ਕੀਤੀ ਗਈ। ਅੱਛਾ ਮੈਂ ਇਹ ਪੁੱਛਣਾ ਚਾਹਾਂਗਾ ਇਹ ਤਾਂ ਪ੍ਰੋਸੀਜਰ ਦੀ ਗੱਲ ਆ ਜਾਂਦੀ ਹੈ ਔਰ ਇਹ ਪ੍ਰੋਸੀਜਰ ਤੋਂ ਪਹਿਲਾਂ ਕਿਆ ਸਾਡੇ ਕੋਲ ਇਸ ਲੈਬ ਦੀ ਹਾਈਟੈਕ ਐਨਾਲਿਸਿਸ ਦੀਆਂ ਫੈਸਿਲਿਟੀਜ਼ ਮੌਜੂਦ ਨੇ? ਜੀ ਲੈਬ ਦੇ ਵਿੱਚ ਹਾਈਟੈਕ ਐਨਾਲਿਸਿਸ ਦੀ ਸਹੂਲਤ ਮੌਜੂਦ ਹੈ। ਬਹੁਤ ਜਦੀਦ ਕਿਸਮ ਦੇ ਆਲਾਤ ਨੇ ਜਿਹੜੇ ਉਹਨਾਂ ਸਭ ਕੀਤੇ ਗਏ ਨੇ ਜਿਨ੍ਹਾਂ ਦੇ ਨਾਲ ਇੱਕ ਅਸੀਂ ਅਗਰ ਨਹੀਂ ਵੀ ਪਤਾ ਸਾਨੂੰ ਅਸੀਂ ਮਤਲਬ ਕਿ ਮਾਰਕੀਟ ਤੋਂ ਸੈਂਪਲ ਲਿਆ ਹੈ ਔਰ ਸਾਨੂੰ ਨਹੀਂ ਪਤਾ ਕਿ ਇਹਦੇ ਉੱਤੇ ਕਿਸ ਕਿਸਮ ਦਾ ਜ਼ਹਿਰ ਅਪਲਾਈ ਕੀਤਾ ਗਿਆ ਹੈ। ਇਹ ਇਕਵਿਪਮੈਂਟਸ ਨੇ ਜਿਹੜੇ ਆਪਣੀ ਐਕਸਪਰਟੀ ਦੀ ਵਜ੍ਹਾ ਤੋਂ ਹਾਈ ਟੈਕਨੋਲੋਜੀ ਦੀ ਵਜ੍ਹਾ ਤੋਂ ਸਾਨੂੰ ਇਸ ਚੀਜ਼ ਦਾ ਵੀ ਅੰਦਾਜ਼ਾ ਲਗਾ ਦਿੰਦੇ ਨੇ। ਅੱਛਾ ਕਿ ਕਿਹੜਾ ਜ਼ਹਿਰ ਇਸਤੇਮਾਲ ਕੀਤਾ ਗਿਆ। ਵੈਰੀ ਗੁੱਡ। ਇਹ ਬੜੀ ਵੱਡੀ ਗੱਲ ਹੈ। ਮੈਂ ਮਿਸ ਰੁਕਈਏ ਨੂੰ ਪੁੱਛਣਾ, ਅੱਛਾ ਜਨਾਬ ਤੁਹਾਡੇ ਵਾਸਤੇ ਮੇਰੇ ਹਾਲੇ ਇੱਕ ਨਵੀਂ ਗੱਲ ਹੋਏਗੀ ਔਰ ਦੇਖੋ ਜੀ ਕਿਚਨ ਗਾਰਡਨਿੰਗ ਦਾ ਪ੍ਰੋਜੈਕਟ ਮੈਂ ਇਸ ਚੀਜ਼ ਨੂੰ ਜਾਣਨਾ ਵਾ, ਆਈ ਐਮ ਫੁੱਲੀ ਕਨਵਿੰਸਡ ਔਰ ਪੰਜਾਬ ਗਵਰਨਮੈਂਟ ਦਾ ਅਸੀਂ ਸ਼ੁਕਰੀਆ ਅਦਾ ਕਰਦੇ ਹਾਂ ਕਿ ਇੱਕ ਮੂਵਮੈਂਟ ਦੇ ਤੌਰ 'ਤੇ ਉਹਨਾਂ ਜਨਾਬ ਦੀ ਇਸ ਐਫਰਟ ਨੂੰ ਐਕਨੋਲਜ ਕੀਤਾ। ਮਨਫੀ ਅਸਰਾਤ ਦੀ ਬਾਕੀਆਤ ਵੇਖਣ ਵਾਸਤੇ ਪੰਜਾਬ ਗਵਰਨਮੈਂਟ ਦਾ ਜਿਹੜਾ ਇਹ ਡਿਪਾਰਟਮੈਂਟ ਹੈ ਤੁਸੀਂ ਇਹਦੇ ਬਾਰੇ ਕੀ ਕਮੈਂਟ ਕਰੋਗੇ? ਸਰ ਇਹ ਤਾਂ ਸਾਡੇ ਵਾਸਤੇ ਬਹੁਤ ਖੁਸ਼ੀ ਦੀ ਗੱਲ ਹੈ ਕਿ ਪੰਜਾਬ ਗਵਰਨਮੈਂਟ ਹਾਈ ਟੈਕਨੋਲੋਜੀ ਤੇ ਕੰਮ ਕਰ ਰਹੀ ਹੈ ਜੋ ਸਾਡੀ ਇਸ ਵਕਤ ਮੁਲਕ ਦੀ ਜ਼ਰੂਰੀਅਤ ਹੈ। ਠੀਕ ਹੋ ਗਿਆ। ਸਭ ਤੋਂ ਵੱਡੀ ਗੱਲ ਇਹ ਵੇ ਕਿ ਖਾਣ ਪੀਣ ਦੇ ਮਾਮਲੇ 'ਚ ਕਿਉਂਕਿ ਅਸੀਂ ਸਾਰੇ ਕਾਹਦੇ ਲਈ ਕੰਮ ਕਰਨੇ ਆ, ਸਾਰੇ ਪੇਟ ਵਾਸਤੇ ਕੰਮ ਕਰਦੇ ਨੇ। ਠੀਕ ਹੈ। ਤੇ ਮੇਰੇ ਵਾਸਤੇ ਤੇ ਸੁਣ ਕੇ ਹੀ ਬਹੁਤ ਖੁਸ਼ੀ ਦੀ ਗੱਲ ਹੈ ਕਿ ਅਸੀਂ ਨਾ ਸਿਰਫ ਜ਼ਹਿਰਾਂ ਨੂੰ ਕੰਟਰੋਲ ਕਰ ਸਕਦੇ ਹਾਂ ਬਲਕਿ ਅਸੀਂ ਇਹ ਵੀ ਦੇਖ ਸਕਦੇ ਹਾਂ ਕਿ ਇਸ ਸਬਜ਼ੀ ਦੇ ਉੱਤੇ ਜ਼ਹਿਰ ਕਿਸ ਤਰ੍ਹਾਂ ਦਾ ਅਪਲਾਈ ਕੀਤਾ ਗਿਆ। ਪੈਸੇ ਪੂਰੇ ਹੋ ਜਾਂਦੇ ਨੇ ਔਰ ਗਵਰਨਮੈਂਟ ਦਾ ਸਟੈਪ ਬੜਾ ਪੋਜ਼ਿਟਿਵ ਸਟੈਪ ਹੈ। ਜੀ ਬਿਲਕੁਲ ਪੋਜ਼ਿਟਿਵ ਸਟੈਪ ਹੈ ਔਰ ਗਵਰਨਮੈਂਟ ਪੰਜਾਬ ਗਵਰਨਮੈਂਟ ਇਸ ਵਕਤ ਐਗਰੀਕਲਚਰ ਵਾਸਤੇ ਵਾਕਈ ਬਹੁਤ ਸਾਰੀ ਸਟੈਪ ਉਠਾ ਰਹੀ ਹੈ, ਬਹੁਤ ਸਾਰੇ ਫੈਸਲੇ ਕਰ ਰਹੀ ਹੈ ਇਹਨੂੰ ਅੱਗੇ ਵਧਾਉਣ ਵਾਸਤੇ, ਅੱਛੀ ਟੈਕਨੋਲੋਜੀ ਲਿਆ ਕੇ ਅੱਛੇ ਔਰ ਮੁਖਲਿਸ ਲੋਕਾਂ ਕੋਲ ਕੰਮ ਕਰਾ ਕੇ ਇਨਸ਼ਾਅੱਲਾ ਇੱਕ ਦਿਨ ਅਸੀਂ ਪੰਜਾਬ ਨੂੰ ਇਸ ਤੋਂ ਵੀ ਉੱਤੇ ਲੱਗੇ ਜਾਵਾਂਗੇ। ਸਾਡੀ ਸਾਡਾ ਪ੍ਰੋਡਕਸ਼ਨ ਲੈਵਲ ਜਦੋਂ ਅਸੀਂ ਅੱਛੀ ਟੈਕਨੋਲੋਜੀ ਤੇ ਕੰਮ ਕਰ ਰਹੇ ਹੋਵਾਂਗੇ ਤੇ ਵਾਕਈ ਉਹ ਹੋਰ ਲੈਵਲ ਤੇ ਚਲਾ ਜਾਏਗਾ। ਅੱਛਾ ਇੱਕ ਚੀਜ਼ ਮੈਂ ਤੁਹਾਨੂੰ ਦੱਸ ਦਿਆਂ ਰੁਕਈਆ, ਮੈਂ ਆਈ ਐਮ ਫੀਲਿੰਗ ਡਿਫੀਕਲਟ ਕਿ ਦੇਖੋ ਬੁਨਿਆਦੀ ਤੌਰ ਤੇ ਸਾਡਾ ਮਕਸਦ ਇਹ ਹੁੰਦਾ ਕਿ ਚੀਜ਼ਾਂ ਨੂੰ ਅਸੀਂ ਸ਼ੇਅਰ ਕਰ ਸਕੀਏ। ਅੱਜ ਉਹ ਵਕਤ ਆ ਗਿਆ
कि असी खूबसूरत लफ्जा नू इस्तेमाल करके खूबसूरत लैंग्वेज वर्बी है जो है और जो एक वक्त सी मेरे ख्याल उन्होंने तो अभी निकल आए हैं तो बड़ा अच्छी चीज़ है लिहाजा तुम उर्दू जो अगर कंफर्टेबल फील करते हो तो यू कैन स्पीक इन उर्दू आलसो आई डोंट माइंड इट लेकिन मैं चाहना वा कि थोड़ी जी एक्सप्रेशन ने वो ज्यादा सानू शेयर करो जी प्लीज बहुत शुक्रिया जनाब तो मैं उही गल कर रही थी कि पंजाब गवर्नमेंट अवेयरनेस फैला रही है पंजाब गवर्नमेंट टेक्नोलॉजी पे काम कर रही है पंजाब गवर्नमेंट सानू बहुत ज्यादा फैसिलिटेट कर रही है ना सिर्फ मेरे प्रोग्राम वास्ते बल्कि एग्रीकल्चर दे बाकी होर बहुत सारे प्रोग्राम वास्ते अच्छा गुड ते जो तुसी सवाल किया है कि मैनू सुन के कैसा लगा है मैनू सुन के वाकई बहुत अच्छा लगे और एक वक्त आएगा कि असी बहुत जल्द पेस्टिसाइड्स और जहरां दे उत्ते अपने कंट्रोल और अपनी एक अच्छी टेक्नोलॉजी लिया के ते इन्हां नू रजिस्टर्ड चीजा अपने किसान नू दवांगे ताकि ओ जो इस्तेमाल करे ओ साडे फ्रूट सब्जियां या बाकी सारी चीजा नू खराब ना करे लोगों दे विच अवेयरनेस पैदा हो जाए कि किस वक्त असी केड़े जहर नू इस्तेमाल करना है जिस तरह तुसी हुन दस्या कि बैंगन दे टोकरे दे उत्ते जो सुंडियां नजर आ रही हैं साहब असी ते एग्रीकल्चर जी को नवे नहीं असी पिंडा थावां ते रहण वाले हां दवाइयां बेचदे भी आए हां अज भी सानू पता गल्ला मंडी च की हुण डिया सब्जी मंडी च की हुंदा है जदों सवेरे बोली लगण दी हुंदी उत्थे भी बंदा फुहारा ला के फड़ खलोता हुंदा है ਇਹ ਗੱਲ ਠੀਕ ਹੈ ਗੱਲ ਤੇ ਸਰ ਬਹੁਤ ਇਸ ਤਰ੍ਹਾਂ ਦੀ ਪ੍ਰੈਕਟਿਸ ਹੋ ਰਹੀਆਂ ਨੇ ਪ੍ਰੈਕਟਿਸਸ ਤੇ ਸਰ ਅਗਰ ਇਹਨਾਂ ਦਾ ਅੰਦਾਜ਼ਾ ਹੋਵੇ ਕਿ ਇਹਨਾਂ ਦਾ ਇਨਸਾਨੀ ਸਿਹਤ ਉੱਤੇ ਕਿੰਨਾ ਬੁਰਾ ਅਸਰ ਹੈ ਤੇ ਯਕੀਨਨ ਲੋਕ ਐਸਾ ਨਾ ਕਰਨ ਔਰ ਤੁਸੀਂ ਮੈਂ ਜਨਾਬ ਦੀ ਇਸ ਐਫਰਟ ਨੂੰ ਸਲਾਮ ਪੇਸ਼ ਕਰਨਾ ਮਿਸ ਰੁਕਈਆ ਕਿ ਦੇਖੋ ਤੁਸੀਂ ਕਿਚਨ ਗਾਰਡਨਿੰਗ ਦੇ ਪ੍ਰੋਜੈਕਟ ਨੂੰ ਔਨ ਕਰਕੇ ਟੁਰੇ ਹੋ ਨਾ ਇਹਦੇ ਵਿੱਚ ਬੜੀ ਖੂਬਸੂਰਤ ਚੀਜ਼ ਹੈ ਵੇ ਕਿ ਮਾਸ ਵਾਏ ਬੀ ਤੋਂ ਔਰ ਖਾਦ ਤੋਂ ਔਰ ਰੂੜੀ ਤੋਂ ਹੁਣ ਤੱਕ ਤੁਸੀਂ ਕੋਈ ਚੀਜ਼ ਪ੍ਰਮੋਟ ਨਹੀਂ ਕਰਦੇ ਪਏ ਇਹਦਾ ਮਤਲਬ ਇਹ ਤਾਂ ਵੈਸੇ ਹੀ ਨੈਚੁਰਲੀ ਬੜੀ ਅੱਛੀ ਚੀਜ਼ ਹੈ ਔਰ ਕਿਚਨ ਗਾਰਡਨਿੰਗ ਦੀ ਸਪੇਸ ਜਿਹੜੀ ਵੱਧਦੀ ਜਾਂਦੀ ਹੈ ਸਾਡੇ ਘਰਾਂ ਦੇ ਵਿੱਚ ਖਵਾਤੀਨ ਕਿਚਨ ਗਾਰਡਨਿੰਗ ਨੂੰ ਐਕਸੈਪਟ ਕਰਨ ਔਰ ਇਹ ਮਨਫੀ ਚੀਜ਼ਾਂ ਨੂੰ ਔਰ ਇਹ ਦੇਹ 'ਚ ਰੱਖਣ ਕਿ ਅਸੀਂ ਜਦੋਂ ਬਾਜ਼ਾਰ ਦੇ ਵਿੱਚੋਂ ਮਤਲਬ ਜਿਹੜੀ ਸਬਜ਼ੀ ਲੈ ਕੇ ਆ ਰਿਹਾ ਖੁਦਾ ਨਾ ਖਾਸਾ ਸਿਰਫ ਸਬਜ਼ੀ ਨਹੀਂ ਹੋਰ ਵੀ ਕਾਫੀ ਸਾਰੀਆਂ ਬਿਮਾਰੀਆਂ ਪੈਸੇ ਦੇ ਕੇ ਘਰ ਲਿਆਉਂਦੇ ਹਾਂ ਆਪੇ ਇਹ ਤੇ ਅਸੀਂ ਜਦੋਂ ਸੋਚਾਂਗੇ ਤੇ ਫਿਰ ਅਸੀਂ ਘਰਾਂ ਦੇ ਵਿੱਚ ਸਬਜ਼ੀਆਂ ਲਾਉਣਾ ਸ਼ੁਰੂ ਕਰ ਦਿਆਂਗੇ ਗੱਲਬਾਤ ਕਰਦੇ ਹਾਂ ਛੋਟੀ ਜਿਹੀ ਬ੍ਰੇਕ ਤੋਂ ਬਾਅਦ